हेलो स्टूडेंट्स, 10th क्लास के सारे बच्चों मेरे वालों प्यार भरी सत श्री अकाल। सारों का मेरी क्लास में बहुत बहुत स्वागत है। हुण असी करांगे एक्सरसाइज 15.1 का क्वेश्चन नंबर 23। 23वां प्रश्न करना असी 15.1 अभ्यास का। तो रकम देखो, एक खेड विच एक रुपए के सिक्के नूं 3 वार उछालिया जाता है और हरेक वार परिणाम लिख लिया जाता है। तीनों परिणाम समान होने भाव 3 जित या 3 पट प्राप्त होने हनीफ खेड विच जित जाएगा, नहीं तो वह हार जाएगा। हनीफ दे खेड विच हार जाण दी संभावना पता करो। ठीक है, इंग्लिश देखो, अ गेम कंसिस्ट्स ऑफ टॉसिंग अ 1 रुपी कॉइन 3 टाइम्स एंड नोटिंग द आउटकम्स ईच टाइम। हनीफ विन्स इफ ऑल द टॉसिस गिव्स द सेम रिजल्ट, दैट इज 3 heads or 3 tails, and loses otherwise. Calculate the probability that Hanif will lose the game. ਹੁਣ ਜਿਹੜਾ ਸਿੱਕਾ ਆ ਉਹਨੂੰ 3 ਵਾਰੀ ਉਛਾਲਦੇ ਆ ਤਾਂ ਇੱਕ ਪਲੇਅਰ ਦੀ ਜਿਹੜੀ ਗੇਮ ਹੈ ਉਹ ਵਾਰੀ ਜਿਹੜੀ ਪੂਰੀ ਹੁੰਦੀ ਹੈ। ਹੁਣ 3 ਵਾਰੀ ਸਿੱਕਾ ਉਛਾਲਣਾ ਤਾਂ ਹਨੀਫ ਨੇ ਜਿੱਤਣਾ ਕਦੋਂ ਆ, ਜੇ ਤਾਂ 3 ਵਾਰੀ ਹੈੱਡ ਆ ਗਿਆ। ਪਹਿਲੀ ਵਾਰੀ ਸਿੱਕਾ ਉਛਾਲਿਆ ਹੈੱਡ ਆ ਗਿਆ, ਦੂਜੀ ਵਾਰੀ ਸਿੱਕਾ ਉਛਾਲਿਆ ਹੈੱਡ ਆ ਗਿਆ, ਜਾਂ 3ਜੀ ਵਾਰੀ ਸਿੱਕਾ ਉਛਾਲਿਆ ਤਾਂ ਹੈੱਡ ਆ ਗਿਆ, ਜਾਂ ਪਹਿਲੀ ਵਾਰੀ ਟੇਲ ਆ ਗਿਆ, ਦੂਜੀ ਵਾਰੀ ਵੀ ਟੇਲ ਆ ਗਿਆ, 3ਜੀ ਵਾਰੀ ਵੀ ਟੇਲ ਆ ਗਿਆ ਤਾਂ ਉਹ ਜਿੱਤ ਜਾਏਗਾ। ਜੇ 1 ਵਾਰੀ ਵੀ ਕੁਛ ਹੋਰ ਆ ਗਿਆ, ਮਤਲਬ ਇੱਕੋ ਜਿਹੇ ਆਊਟਕਮਸ ਨਹੀਂ ਆਏ, ਤਾਂ ਉਹ ਹਾਰ ਜਾਏਗਾ। ਉਹਦੇ ਹਾਰਨ ਦੀ ਸੰਭਾਵਨਾ ਪਤਾ ਕਰਨੀ ਹੈ। ਠੀਕ ਹੈ, ਇੱਕ ਸਿੱਕਾ ਜੇ ਅਸੀਂ ਉਛਾਲੀਏ, ਪਹਿਲਾਂ ਅਸੀਂ ਉਹਦੇ ਆਊਟਕਮਸ ਦੇਖੀਏ ਕਿੰਨੇ ਬਣਦੇ। ਮੰਨ ਲਓ ਪਹਿਲੀ ਵਾਰੀ ਹੈੱਡ ਆ ਗਿਆ, 2ਜੀ ਵਾਰੀ ਵੀ ਹੈੱਡ ਆ ਗਿਆ, 3ਜੀ ਵਾਰੀ ਵੀ ਹੈੱਡ ਆ ਗਿਆ, ਇੱਕ ਤਾਂ ਸੰਭਾਵਨਾ ਇਹ ਆ। ਦੂਜੀ ਸੰਭਾਵਨਾ ਕੀ ਹੈ? ਮੰਨ ਲਓ ਪਹਿਲੀ ਵਾਰੀ ਹੈੱਡ ਆ ਗਿਆ, ਉਹਨੂੰ ਲੱਗਿਆ ਕਿ ਮੈਂ ਜਿੱਤ ਜਾਊਂਗਾ, 2ਜੀ ਵਾਰੀ ਟੇਲ ਆ ਗਿਆ ਤਾਂ ਉਹਨੂੰ ਪਤਾ ਲੱਗ ਜਾਣਾ ਕਿ ਹੁਣ ਮੈਂ ਹਾਰ ਗਿਆ, 3ਜੀ ਵਾਰੀ ਫਿਰ ਹੈੱਡ ਆ ਗਿਆ, ਉਹਦਾ ਕੋਈ ਫਾਇਦਾ ਨਹੀਂ। ਠੀਕ ਹੈ ਨਾ। ਫਿਰ ਤੀਸਰੀ ਸੰਭਾਵਨਾ ਇਹ ਵੀ ਹੋ ਸਕਦਾ ਕਿ ਪਹਿਲੀ ਵਾਰੀ ਟੇਲ ਆ ਜਾਏ, ਫਿਰ 2ਜੀ ਵਾਰੀ ਵੀ ਹੈੱਡ ਆ ਜਾਏ, 3ਜੀ ਵਾਰੀ ਵੀ ਹੈੱਡ ਆ ਜਾਏ। ਇਹ ਵੀ ਹੋ ਸਕਦਾ ਆ ਕਿ ਪਹਿਲੀ ਵਾਰੀ ਟੇਲ ਆ ਜਾਏ, 2ਜੀ ਵਾਰੀ ਵੀ ਟੇਲ ਆ ਜਾਏ, ਉਹਨੂੰ ਲੱਗੇਗਾ ਕਿ ਹੋ ਮੈਂ ਜਿੱਤ ਜਾਣਾ ਜੇ ਅਗਲੀ ਵਾਰੀ ਰੱਬਾ ਰੱਬਾ ਟੇਲ ਹੀ ਆ ਜਾਏ, ਹੈ ਨਾ, ਪਰ ਅਗਲੀ ਵਾਰੀ ਹੈੱਡ ਆ ਗਿਆ। ਇਹ ਵੀ ਸੰਭਾਵਨਾ ਹੈ ਨਾ। ਫਿਰ ਮੰਨ ਲਓ ਪਹਿਲੀ ਵਾਰੀ ਹੈੱਡ ਆ ਗਿਆ, ਹੈ ਨਾ, ਉਹ ਕਹਿੰਦਾ ਰੱਬਾ ਰੱਬਾ, 2ਜੀ ਵਾਰੀ ਵੀ ਹੈੱਡ ਆ ਜਾਏ, ਫਿਰ 2ਜੀ ਵਾਰੀ ਵੀ ਹੈੱਡ ਆ ਗਿਆ, ਫਿਰ ਕਹਿੰਦਾ ਹੁਣ 3ਜੀ ਵਾਰੀ ਵੀ ਹੈੱਡ ਆ ਜਾਏ ਪਰ ਆ ਗਈ ਟੇਲ। ਸੰਭਾਵਨਾ ਹੈ ਨਾ ਇਹ। ਅੱਛਾ, ਫਿਰ ਉਸ ਤੋਂ ਬਾਅਦ ਪਹਿਲੀ ਵਾਰੀ ਹੈੱਡ ਆ ਗਿਆ, ਹੁਣ ਉਹਨੇ ਇਹੀ ਪ੍ਰੇ ਕਰਨੀ ਆ ਕਿ ਨੈਕਸਟ ਟਾਈਮ ਮੇਰੇ ਕੋਲ ਹੈੱਡ ਹੀ ਆਵੇ, ਬਟ ਨੈਕਸਟ ਟਾਈਮ ਟੇਲ ਆ ਗਈ, ਹੈ ਨਾ, ਤਾਂ ਉਸ ਤੋਂ ਨੈਕਸਟ ਟਾਈਮ ਫੇਰ ਕੀਤਾ, ਫਿਰ ਟੇਲ ਆ ਗਈ। ਠੀਕ, ਇਹ ਵੀ ਸੰਭਾਵਨਾ ਇੱਕ। ਇੱਕ ਹੈਗੀ ਆ ਕਿ ਸਭ ਤੋਂ ਪਹਿਲਾਂ ਟੇਲ ਹੋ ਗਈ, ਫਿਰ ਹੈੱਡ ਆ ਗਿਆ, ਫਿਰ ਟੇਲ ਆ ਗਈ। ਇਹ ਵੀ ਹੋ ਸਕਦਾ ਆ ਪਹਿਲੀ ਵਾਰੀ ਟੇਲ ਆ ਗਈ, 2ਜੀ ਵਾਰੀ ਵੀ ਟੇਲ ਆ ਗਈ, 3ਜੀ ਵਾਰੀ ਵੀ ਟੇਲ ਆ ਗਈ, ਇੱਥੇ ਵੀ ਉਹ ਜਿੱਤ ਗਿਆ। ਠੀਕ ਹੈ, ਟੋਟਲ ਦੇਖ ਲਓ, ਟੋਟਲ ਆਊਟਕਮਸ ਕਿੰਨੇ ਹੋ ਗਏ, ਮਤਲਬ ਹੈੱਡ 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 ਟੇਲ ਹੈੱਡ ਟੇਲ ਹੈੱਡ ਹੈੱਡ ਟੇਲ ਟੇਲ ਹੈੱਡ ਫਿਰ ਹੈੱਡ ਹੈੱਡ ਟੇਲ ਹੈੱਡ ਟੇਲ 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 ਹੈੱਡ ਟੇਲ 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 ਟੇਲ। ਠੀਕ ਹੈ, 3 ਵਾਰੀ ਸਿੱਕੇ ਨੂੰ ਛਾਲਣਾ ਅਤੇ ਟੋਟਲ ਆਊਟਕਮਸ ਕਿੰਨੀਆਂ ਤੁਹਾਡੀਆਂ ਹੋ ਗਈਆਂ, 8, 1, 2, 3, 4, 5, 6, 7, 8। ਠੀਕ ਹੈ, ਟੋਟਲ ਆਊਟਕਮ ਸਾਡੀਆਂ 8 ਹੈਗੀਆਂ। ਇਹਦੇ 'ਚੋਂ ਜਿੱਤੇਗਾ ਉਹ ਕਦੋਂ, ਜਦੋਂ ਉਹਨੂੰ ਹੈੱਡ ਹੈੱਡ ਮਿਲੇਗਾ ਜਾਂ ਜਦੋਂ ਉਹਨੂੰ ਟੇਲ ਟੇਲ ਮਿਲੇਗੀ। ਇਹ ਸਿਰਫ 2 ਹੀ ਆ ਸੰਭਾਵਨਾਵਾਂ, ਬਾਕੀ 6 ਰਹਿ ਗਈਆਂ, 6 ਸੰਭਾਵਨਾਵਾਂ ਇੱਦਾਂ ਦੀਆਂ ਜਿਹਦੇ 'ਚੋਂ ਹਾਰੇਗਾ। ਹੁਣ ਅਸੀਂ ਹਾਰਨ ਦੀ ਸੰਭਾਵਨਾ ਪਤਾ ਕਰਨੀ। ਠੀਕ ਹੈ, ਟੋਟਲ ਆਊਟਕਮ ਸਾਡੇ 8 ਹੈਗੇ ਆ ਅਤੇ ਫੇਵਰੇਬਲ ਆਊਟਕਮਸ, ਫੇਵਰੇਬਲ ਮਤਲਬ ਉਹਦੇ ਆਊਟ ਹੋਣ ਦੀ ਸੰਭਾਵਨਾ ਦੇ ਜਿਹੜੇ ਆਊਟਕਮਸ ਹੈਗੇ ਆ, ਜਿਹੜੇ ਨਤੀਜੇ ਆ ਉਹ ਕਿੰਨੇ ਆ, 6। ਠੀਕ, ਹੁਣ ਇੱਥੇ ਅਸੀਂ ਲਿਖੀਏ ਟੋਟਲ ਆਊਟਕਮਸ, ਕੁੱਲ ਪਰਿਣਾਮ, ਅੱਠ। ਠੀਕ ਹੈ, ਫੇਵਰੇਬਲ ਆਊਟਕਮਸ, ਅਨੁਕੂਲ ਪਰਿਣਾਮ, ਉਹਦੇ ਅਨੁਕੂਲ ਨਹੀਂ ਅਸੀਂ ਲਿਖ ਦੇਖਣੇ, ਅਸੀਂ ਆਪਣੇ ਸਵਾਲ ਦੇ ਅਨੁਕੂਲ ਦੇਖਣੇ ਆ। ਸਾਡੇ ਸਵਾਲ 'ਚ ਪੁੱਛਿਆ ਕਿੰਨੀ ਵਾਰੀ ਹਾਰੇਗਾ ਉਹਦੇ ਹਾਰਨ ਦੀ ਸੰਭਾਵਨਾ, ਤਾਂ ਅਨੁਕੂਲ ਪਰਿਣਾਮ ਸਾਡੇ ਹਾਰਨ ਵਾਲੇ ਆਉਣੇ ਆ। ਠੀਕ ਹੈ, 1, 2, 3, 4, 5, 6। ਠੀਕ ਹੈ,
probability of lose the game. खेड हारन की संभावना कितनी हो जाएगी बटे जी साडा टोटल आउटकम्स आते हैं वो किन्ने हारन वाले छे ठीक है इन हम असं कट दईए दो तीए छे दो चौके अठ कि आ गई तीन बटा चार आंसर ये साडा क्वेश्चन कंप्लीट हो गया नैक्सट क्वेश्चन लिए असं अगली वीडियो मिलते हैं टिल देन बाय बाय।